ਬੈਠੇ ਹੋਏ ਹਾਂ ਰੈਡ ਸਿੰਗ ਰੂਮ 'ਚ, ਸਾਡੇ ਗਰੂਮਿੰਗ ਸੈਸ਼ਨ ਚੱਲ ਰਹੇ ਆ, ਅਤੇ ਮੈਂ ਆਹੀ ਕਹਿਣਾ ਚਾਹੂੰਗੀ ਇੱਥੇ ਆ ਕੇ ਮੈਂ ਬਹੁਤ ਇੱਕ ਨਵਾਂ ਐਕਸਪੀਰੀਅੰਸ ਕੀਤਾ ਹੈ। ਜੋ ਚੀਜ਼ਾਂ ਮੈਂ ਅੱਜ ਤੱਕ ਆਪਣੀ ਲਾਈਫ 'ਚ ਨਹੀਂ ਕੀਤੀਆਂ ਸੀ ਉਹ ਮੈਂ ਇੱਥੇ ਆ ਕੇ ਸਿੱਖੀਆਂ। ਪਹਿਲਾਂ ਮੈਨੂੰ ਮਾਡਲਿੰਗ ਨਹੀਂ ਆਉਂਦੀ ਸੀਗੀ, ਹੁਣ ਮੈਂ ਥੋੜ੍ਹਾ ਬਹੁਤਾ ਮਾਡਲਿੰਗ ਦਾ ਐਵੇਂ ਜਾਣਦੀ। ਦੂਸਰੀ ਚੀਜ਼ ਮੈਂ ਆਹੀ ਕਹਿਣਾ ਚਾਹੂੰਗੀ ਕਿ ਇੱਥੇ ਆ ਕੇ ਮੈਂ ਕਾਫੀ ਕੁੜੀਆਂ ਨੂੰ, ਵਿਆਹੀਆਂ ਕੁੜੀਆਂ ਦਾ ਸੁਪਨਾ ਪੂਰਾ ਹੁੰਦੇ ਦੇਖਿਆ। ਮੈਂ ਅੱਜ ਇੱਕ ਮੋਟੀਵੇਸ਼ਨਲ ਬਣਨਾ ਚਾਹੁੰਦੀ ਹਾਂ ਸਾਰਿਆਂ ਲਈ, ਜੋ ਮਤਲਬ ਕੁੜੀਆਂ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ, ਉਹ ਇੱਥੇ ਆਉਣ, ਆ ਕੇ ਆਪਣੇ ਸੁਪਨੇ ਪੂਰੇ ਕਰਨ। ਕਈਆਂ ਦੀ ਖੁਆਇਸ਼ਾਂ ਹੁੰਦੀਆਂ ਵਿਆਹ ਤੋਂ ਪਹਿਲਾਂ ਜੋ ਪੂਰੀਆਂ ਨਹੀਂ ਕਰ ਪਾਉਂਦੀਆਂ, ਮਗਰ ਇੱਥੇ ਆ ਕੇ ਇਸ ਪਲੈਟਫਾਰਮ 'ਤੇ ਉਹ ਵਿਆਹ ਤੋਂ ਬਾਅਦ ਵੀ ਆਪਣੀ ਖੁਆਇਸ਼ਾਂ ਪੂਰੀਆਂ ਕਰ ਸਕਦੀਆਂ। ਅਤੇ ਮੈਂ ਉਹਨਾਂ ਦੇ ਪੇਰੈਂਟਸ ਨੂੰ, ਉਹਨਾਂ ਦੀ ਫੈਮਿਲੀ ਨੂੰ ਆਹੀ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਸਪੋਰਟ ਕਰੋ, ਜਿੰਨਾ ਸਪੋਰਟ ਕਰ ਸਕਦੇ ਹੋ ਉਨਾ ਉਸ ਤੋਂ ਜ਼ਿਆਦਾ ਕਰੋ। ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੈਗੀਆਂ ਅਤੇ ਉਹ ਵੀ ਆਪਣੀ ਇੱਛਾਵਾਂ ਪੂਰੀਆਂ ਕਰ ਸਕਦੀਆਂ। ਅਤੇ ਮੈਂ ਆਹੀ ਕਹਿਣਾ ਚਾਹੁੰਦੀ ਹਾਂ ਜਿੰਨੀਆਂ ਕੁੜੀਆਂ ਹੈਗੀਆਂ ਘਰ ਬੈਠੀਆਂ, ਉਹ ਆਉਣ ਇੱਥੇ ਮਿਸਿਸ ਪੰਜਾਬ 'ਚ ਆਉਣ, ਜਾਂ ਕਿਸੇ ਵੀ ਸ਼ੋਅ 'ਚ ਅਗਰ ਤੁਸੀਂ ਜਾਂਦੇ ਹੋ, ਤੁਸੀਂ ਆਪਣੇ ਸੈਲਫ ਕੋਨਫੀਡੈਂਸ ਰੱਖੋ ਕਿ ਤੁਸੀਂ ਕੁਛ ਵੀ ਕਰ ਸਕਦੇ ਹੋ ਅਤੇ ਕੁਛ ਵੀ ਕਰਕੇ ਦਿਖਾਓ। ਪਲੀਜ਼ ਘਰੇ ਨਾ ਬੈਠੋ, ਅਗਰ ਤੁਹਾਡੇ 'ਚ ਕੋਈ ਵੀ ਟੈਲੈਂਟ ਹੈ, ਕਿਸੇ ਵੀ ਕਿਸਮ ਦਾ ਟੈਲੈਂਟ ਹੈ, ਪਲੀਜ਼ ਬਾਹਰ ਆਓ। ਅਤੇ ਮੈਂ ਉਹਨਾਂ ਦੀ ਫੈਮਿਲੀ ਨੂੰ ਆਹੀ ਕਹਾਂਗੀ ਕਿ ਸਾਰੇ ਆਪਣੀ ਘਰ ਦੀਆਂ ਨੂੰਹਾਂ ਨੂੰ, ਬੇਟੀਆਂ ਨੂੰ ਸਪੋਰਟ ਕਰਨ।